ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਖੈਰਾ ਡੈਰੀ ਐਂਡ ਕਨਫੈਕਸ਼ਨਰੀ, ਜੋ ਕਿ ਨੀਅਰ NRI ਇਨਕਲੇਵ ਖਰੜ ਵਿਖੇ ਸਥਿਤ ਹੈ। ਖੈਰਾ ਡੈਰੀ ਆਪਣੇ ਇਲਾਕੇ ਵਿੱਚ ਨਹੀਂ, ਪੰਜਾਬ ਵਿੱਚ ਨਹੀਂ, ਫੋਰਨ ਵਿੱਚ ਵੀ ਇੱਕ ਬ੍ਰਾਂਡ ਬਣ ਚੁੱਕੀ ਹੈ। ਜੇਕਰ ਇੱਥੋਂ ਦੇ ਦੁੱਧ ਦੀ ਗੱਲ ਕੀਤੀ ਜਾਵੇ ਤਾਂ ਖੈਰਾ ਡੈਰੀ ਦੀ ਸ਼ੁਰੂਆਤ ਦੁੱਧ ਤੋਂ ਹੋਈ ਅਤੇ ਆਪਣੀ ਮਿਹਨਤ ਸਦਕਾ ਅਤੇ ਦੁੱਧ ਦੀ ਬਹੁਤ ਹੀ ਵਧੀਆ ਕੁਆਲਿਟੀ ਕਰਕੇ ਅੱਜ ਖੈਰਾ ਡੈਰੀ ਆਪਣੇ ਆਪ ਵਿੱਚ ਇੱਕ ਬ੍ਰਾਂਡ ਬਣ ਚੁੱਕੀ ਹੈ। ਇੱਥੇ ਦੁੱਧ, ਦਹੀਂ, ਪਨੀਰ, ਖੋਆ, ਕਰੀਮ, ਬਟਰ, ਆਈਸਕ੍ਰੀਮ ਫੋਰ ਮੈਰਿਜ ਐਂਡ ਪਾਰਟੀਜ਼ ਬਹੁਤ ਹੀ ਵਧੀਆ ਕੁਆਲਿਟੀ ਦੇ ਅਤੇ ਬਹੁਤ ਹੀ ਵਾਜਬੀ ਦਾਮਾਂ 'ਤੇ ਮੌਜੂਦ ਹੈ। ਦੂਰੋਂ ਦੂਰੋਂ ਲੋਕ ਇੱਥੇ ਪਹੁੰਚਦੇ ਹਨ ਅਤੇ ਇੱਥੋਂ ਦੀ ਸੁਵਿਧਾਵਾਂ ਦਾ ਲਾਭ ਲੈਂਦੇ ਨੇ। ਸਾਡੀ ਟੀਮ ਨੇ ਇੱਥੇ ਗ੍ਰਾਹਕਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਖੈਰਾ ਡੈਰੀ ਦੀ ਬੇਹੱਦ ਤਾਰੀਫ ਕੀਤੀ। ਸਾਡੀ ਟੀਮ ਨੇ ਇੱਥੋਂ ਦੇ ਓਨਰਸ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਖੈਰਾ ਡੈਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੋ ਜੇਕਰ ਤੁਸੀਂ ਵੀ ਵਧੀਆ ਕੁਆਲਿਟੀ ਦਾ ਦੁੱਧ, ਦਹੀਂ, ਪਨੀਰ, ਖੋਆ, ਕਰੀਮ ਲੈਣਾ ਚਾਹੁੰਦੇ ਹੋ ਤਾਂ ਪਹੁੰਚੋ ਖੈਰਾ ਡੈਰੀ ਨੀਅਰ NRI ਇਨਕਲੇਵ ਖਰੜ। ਡੈਰੀ ਜਿਹੜੀ ਕੀਤੀ ਸੀ ਰਿਪੀਟੀ ਤੱਕ ਆ ਚੁੱਕੀ ਹੈਗੀ ਆ। ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦੇ ਛੋਟੇ ਬੇਟੇ ਦੇ ਨਾਲ, ਉਹਨਾਂ ਦੇ ਅੱਗੇ ਬੇਟੇ ਅਤੇ ਵੱਡੇ ਬੇਟੇ ਦਾ ਜਿਹੜਾ ਬੇਟਾ। ਵੀਰ ਜੀ, ਤੁਹਾਡਾ ਸਾਰਿਆਂ ਦਾ ਸਵਾਗਤ ਆ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ। ਵੀਰ ਜੀ, ਕੀ ਕਹਿਣਾ ਚਾਹੋਗੇ ਕਿ ਬਜ਼ੁਰਗਾਂ ਨੇ ਬਹੁਤ ਘਾਲਣਾਂ ਘਾਲੀਆਂ ਔਰ ਅੱਜ ਇੱਕ ਬ੍ਰਾਂਡ ਤੁਸੀਂ ਬਣ ਚੁੱਕੇ ਹੋ, ਜਿਹੜਾ ਖੂਨ ਡੁੱਲਣਾ ਸੀ, ਜਿਹੜੀ ਮਿਹਨਤ ਕਰਨੀ ਸੀ ਉਹ ਬਜ਼ੁਰਗਾਂ ਨੇ ਕੀਤੀ ਆ, ਔਰ ਅੱਜ ਉਹਦੇ ਥੋੜ੍ਹੇ ਜਿਹੇ ਫਲ ਤੁਸੀਂ ਖਾ ਰਹੇ ਹੋ ਔਰ ਬੇਟੇ ਆ ਜਿਹੜੇ ਉਹ ਨਵੀਂ ਕ੍ਰੀਏਟਿਵ ਸੋਚ ਦੇ ਨਾਲ ਹੋਰ ਨਵੀਆਂ ਚੀਜ਼ਾਂ ਇੰਟੈਂਗਲ ਕਰ ਰਹੇ ਨੇ ਔਰ ਇਹ ਡੈਰੀ ਫਾਰਮਿੰਗ ਦੇ ਧੰਦੇ ਨੂੰ ਉਹਨਾਂ ਨੇ ਇੱਕ ਬਹੁਤ ਉੱਚੇ ਪੱਧਰ 'ਤੇ ਲੈ ਗਏ। ਬਸ ਜੀ, ਹੌਲੀ ਹੌਲੀ, ਪਹਿਲਾਂ ਸਾਈਕਲ 'ਤੇ ਸੀਗੇ ਜੀ, ਸਾਈਕਲ 'ਤੇ ਹੁੰਦੇ ਹੁੰਦੇ ਮੋਟਰਸਾਈਕਲ ਲਿਆ ਜੀ, ਬਸ ਉਹ ਤੋਂ ਬਾਅਦ ਮਾੜਾ ਮੋਟਾ ਕਰਦੇ ਕਰਦੇ ਜੀ ਮਿਹਨਤ ਕਰਕੇ ਇੱਥੇ ਤਾਈਂ ਪਹੁੰਚ ਗਏ ਜੀ। ਬਾਕੀ ਅਸੀਂ ਕੁਆਲਿਟੀ ਮੇਨਟੇਨ ਰੱਖੀ ਹੈ ਜੀ, ਕੁਆਲਿਟੀ ਨਾਲ ਕਦੇ ਸਮਝੌਤਾ ਕਰਿਆ ਨਹੀਂ ਜੀ ਅਸੀਂ। ਜਿੰਨੀ ਜਿਸ ਦਿਨ ਤੋਂ ਅਸੀਂ ਡਾਇਰੀ ਖੋਲ੍ਹੀ ਹੈ ਜੀ, ਉਸ ਦਿਨ ਤੋਂ ਪੂਰੀ ਕੁਆਲਿਟੀ ਗਾਹਕ ਨੂੰ ਦਈਦੀ ਹੈ ਜੀ। ਤੁਸੀਂ ਕੀ ਕਹਿਣਾ ਚਾਹੋਗੇ ਕਿ NRI ਵੀਰਾਂ ਦੀ ਪਹਿਲੀ ਪਸੰਦ ਹੈਗੀ ਆ ਇਹ ਜਿਹੜੀ ਆਪਣੀ ਡਾਇਰੀ ਹੈਗੀ ਆ? ਉਹ ਬਾਹਰੋਂ ਹੀ ਕਹਿ ਦਿੰਦੇ ਆ ਵੀ ਕੋਈ ਵਿਆਹ ਸ਼ਾਦੀ ਆ ਅਤੇ ਜਾਂ ਭਾਈ ਉਹਨਾਂ ਦੇ ਨਾਲ ਗੱਲ ਕਰ ਲਓ ਅਤੇ ਉਹਨਾਂ ਨੂੰ ਕਹਿ ਦਿਓ ਸਾਰਾ ਕੁਝ, ਅਤੇ ਉਹ ਕਹਿੰਦੇ ਵੀ ਟੈਨਸ਼ਨ ਸਾਡੀ ਖਤਮ ਅਤੇ ਖੈਰਾ ਡੈਰੀ ਵਾਲਿਆਂ ਦੀ ਸ਼ੁਰੂ। ਕੀ ਕਹਿਣਾ ਚਾਹੋਗੇ, ਕਿਵੇਂ ਇਹਨਾਂ ਲੋਕਾਂ ਦੇ ਨਾਲ ਜਿਹੜਾ ਪ੍ਰੇਮ ਬਣਾਇਆ? ਗੱਲ ਇੱਦਾਂ ਹੈ ਜੀ, 7 ਕਿਲੋ ਲੈ ਕੇ ਜਾਵੇ ਚਾਹੇ 2 ਕੁਇੰਟਲ 2 ਕੁਇੰਟਲ ਦੁੱਧ, ਅਸੀਂ ਕੁਆਲਿਟੀ ਉਹੀ ਦੇਣੀ ਹੈ ਜੀ, ਚਾਹੇ ਬੱਚਾ ਆਵੇ ਛੋਟਾ ਜਿਹਾ, ਚਾਹੇ ਬਜ਼ੁਰਗ ਆਵੇ ਜੀ। ਜਿਹੜੀ ਅਸੀਂ ਬਰਫੀ ਵਗੈਰਾ ਬਣਾਉਂਦੇ ਹਾਂ ਉਹ ਵੀ ਜੀ ਪੂਰੀ ਕੁਆਲਿਟੀ ਦੀ ਬਣਾਈ ਦਈ ਹੈ, ਤਾਂ ਕਰਕੇ ਸਭ ਨੂੰ ਵਿਸ਼ਵਾਸ ਹੈ ਜੀ, ਵਿਸ਼ਵਾਸ ਕਰਕੇ ਹਾਂਜੀ ਹਾਂਜੀ ਤਾਂ ਜੁੜੇ ਹਾਂ ਜੀ। ਬੇਟਾ, ਕੀ ਕਹਿਣਾ ਚਾਹੋਗੇ? ਤੁਹਾਡੇ ਲਈ ਵੀ ਚਾਂਸ ਸੀਗੇ ਬਾਹਰ ਜਾਣ ਦੇ, ਪਰ ਤੁਸੀਂ ਫੋਲੋ ਕੀਤਾ ਆਪਣੇ ਬਜ਼ੁਰਗਾਂ ਨੂੰ, ਆਪਣੇ ਫਾਦਰ ਨੂੰ ਔਰ ਦਾਦਾ ਜੀ ਨੂੰ। ਕੀ ਕਹਿਣਾ ਚਾਹੋਗੇ ਕਿ ਅੱਜ ਦੇ ਯੁੱਗ ਦੇ ਵਿੱਚ ਅਗਰ ਤੁਸੀਂ ਇੱਧਰ ਹੀ ਬ੍ਰਾਂਡਿੰਗ ਕਰਦੇ ਹੋ ਕੋਈ ਚੀਜ਼ ਨੂੰ, ਕਿਉਂਕਿ ਤੁਸੀਂ ਹੁਣ ਆਏ, ਤੁਸੀਂ ਨਵੀਆਂ ਨਵੀਆਂ ਜਿਹੜੇ ਚੀਜ਼ਾਂ ਇਹਨਾਂ ਨੂੰ ਔਖੀਆਂ ਲੱਗਦੀਆਂ ਸੀਗੀਆਂ, ਮਿਲਕ ਚਿਲਿੰਗ ਦੀ ਗੱਲ ਕਰ ਲਈਏ, ਹੋਰ ਚੀਜ਼ਾਂ ਗੱਲ ਕਰ ਲਈਏ, ਤਾਂ ਤੁਸੀਂ ਨਵੇਂ ਨਵੇਂ ਟੈਕਨੀਕਸ ਨਾਲ ਅਟੈਚ ਕਰ ਰਹੇ ਹੋ ਜਿਹਦੇ ਨਾਲ ਇਹਨਾਂ ਨੇ ਡੈਰੀ ਤਾਂ ਬਣਾਈ ਆ, ਮਿਹਨਤ ਕੀਤੀ ਸੀਗੀ, ਲੇਕਿਨ ਨਵੀਆਂ ਚੀਜ਼ਾਂ ਲਿਆ ਕੇ ਤੁਸੀਂ ਹੋਰ ਵਧੀਆ ਕਰਤਾ। ਹਾਂਜੀ ਹਾਂਜੀ, ਮਤਲਬ ਜੇ +2 ਦੇ ਬਾਅਦ ਮੈਂ ਸ਼ੁਰੂ ਕਰਤਾ ਸੀ ਇਹ ਕੰਮ ਜੀ, ਮਤਲਬ ਬਾਹਰ ਜਾਣ 'ਤੇ ਮਤਲਬ ਬਹੁਤ ਵਧੀਆ ਹੈ, ਮਤਲਬ ਆਪਣਾ ਕੰਮ ਜੇ ਕਰੇ ਨਾ ਬੰਦਾ ਬਾਹਰ ਤਾਂ ਜ਼ਿਆਦਾ ਵਧੀਆ ਹੈ ਜੀ। ਔਰ ਜਦੋਂ ਲੋਕ ਆ ਕੇ ਖੁਸ਼ੀ ਮਨਾਉਂਦੇ ਹੁਣ, ਜਿਵੇਂ ਬਾਈ ਨੇ ਕਿਹਾ ਵੀ ਮੈਂ ਚੰਡੀਗੜ੍ਹ ਵੀ ਮਠਿਆਈ ਭੇਜਦਾ ਇਹਨਾਂ ਦੀ, ਅਤੇ ਜਦੋਂ ਕੋਈ ਆ ਕੇ ਗਲਾ ਖੁਸ਼ੀ ਦੇ ਨਾਲ ਕਹਾਂ, ਤੁਹਾਡੀ ਜਿਹੜੀ ਚੇਨ ਆਈ ਟੀ ਵੱਡੀ ਬਣੀ ਵੀ ਆ ਵੀ ਪਿੰਡਾਂ ਦੇ ਪਿੰਡ ਲੱਗੇ ਹੋਏ, ਅਗਲਾ ਕਹਿੰਦਾ ਨਹੀਂ ਯਾਰ ਕਹਿੰਦੇ ਜਾਓ। ਹਾਂਜੀ, ਬਰਫੀ ਤਾਂ ਆਪਣੀ ਜੀ ਖਰੜ 'ਚ ਬਾਹਰ ਤੱਕ ਵੀ ਜਾਂਦੀ, ਚੰਡੀਗੜ੍ਹ ਵੀ ਬਾਹਰ ਤੱਕ ਬਰਫੀ ਜਾਂਦੀ ਆਪਣੀ, ਬਰਫੀ ਆਪਾਂ ਆਪਣੀ ਬਣਾਈ ਦੀ ਵਧੀਆ ਬਣਾਈ ਦੀ ਹੈ ਜੀ, ਬਾਹਰ ਤੱਕ ਸਾਰੇ ਇੱਧਰ ਤੋਂ ਸਟੇਟਾਂ ਦੇ ਆਪਾਂ ਉਹ ਕਰਦੇ ਹਾਂ। ਇਹ ਅਸੀਂ ਆਪਣੀ ਕੁਆਲਿਟੀ ਵੇਚਦੇ ਵਧੀਆ ਜੀ, ਕੁਆਲਿਟੀ ਦਿੰਦੇ ਜੀ। ਔਰ ਜਿਵੇਂ ਲੋਕ ਅੱਜ ਕੱਲ੍ਹ ਵੇਖੋ ਰੇਟ ਕਿਲਾ ਕਹਿੰਦਾ ਇਸ ਦੇ ਹੋਰ ਘੱਟ ਲਾ ਦਾਂਗੇ, ਤੁਸੀਂ ਰੇਟਸ ਵੀ ਜਾਇਜ਼ ਲਾਏ ਆ ਅਤੇ ਲੋਕਾਂ ਨੂੰ ਕੁਆਲਿਟੀ ਵੀ ਦਿੱਤੀ? ਹਾਂਜੀ, ਕੁਆਲਿਟੀ ਦਿੱਤੀ ਜੀ, ਮੇਰਾ ਅਸੀਂ ਕੁਆਲਿਟੀ ਦਿੱਤੀ ਲੋਕਾਂ ਨੂੰ ਵਧੀਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡਾ ਜਿਹੜੀ ਫਰੈਸ਼ਨੈਸ ਹੈਗੀ ਆ, ਤੁਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੋ ਵੀ ਤਾਜ਼ੀ ਚੀਜ਼ ਲੋਕਾਂ ਨੂੰ ਮੁਹੱਈਆ ਕਰਾਈਏ। ਹਾਂਜੀ ਹਾਂਜੀ, ਤਾਜ਼ੀ ਦਿੰਦੇ ਹਾਂ ਬਿਲਕੁਲ ਜੀ। ਵੀਰ ਜੀ, ਲੋਕ ਹੁਣ ਜਿਵੇਂ ਤੁਹਾਡੀਆਂ ਫਰੈਂਚਾਈਜ਼ੀਆਂ ਮੰਗਣ ਲੱਗ ਗਏ ਆ, ਉਹ ਕਹਿੰਦੇ ਵੀ ਸਾਨੂੰ ਵੀ ਤੁਸੀਂ ਨਾਲ ਜੋੜ ਲਓ, ਕੀ ਕਹਿਣਾ ਚਾਹੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਮਿਹਨਤ ਕਰਨ ਵਾਲੇ ਇਮਾਨਦਾਰੀ ਦੇ ਨਾਲ ਅਗਰ ਉਹ ਜੁੜਨਾ ਚਾਹੁਣ ਤਾਂ ਇਹਦੀਆਂ ਫਰੈਂਚਾਈਜ਼ੀਆਂ ਵੀ ਜਾਣਗੀਆਂ ਔਰ ਖੈਰਾ ਡੈਰੀ ਜਿਹੜੀ, ਕਿਉਂਕਿ ਲੋਕ ਕਹਿੰਦੇ ਯਾਰ ਸਾਨੂੰ ਚੰਡੀਗੜ੍ਹ ਵੀ ਖੋਲ੍ਹੋ, ਹੋਰ ਵੀ ਖੋਲ੍ਹੋ ਅਤੇ ਖੁੱਲ੍ਹਣਗੇ ਅੱਗੇ? ਫਰੈਂਚਾਈਜ਼ ਦਾ ਤਾਂ ਇਹ ਹੁੰਦਾ ਜੀ, ਪਤਾ ਕੀ, ਜੇ ਆਪਾਂ ਮਤਲਬ ਬੰਦਾ ਅੱਛਾ ਮਿਲੇ, ਜਿਹੜਾ ਪ੍ਰੋਪਰ ਕੁਆਲਿਟੀ ਮੇਨਟੇਨ ਰੱਖੇ ਜੀ, ਆਪਾਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ, ਹੁਣ ਦੂਸਰੇ ਬੰਦੇ ਦਾ ਇਹ ਚੀਜ਼ ਪਤਾ ਨਹੀਂ ਨਾ ਹੁੰਦੀ, ਜੇ ਹਾਂ ਕਰੇਗਾ ਫਿਰ ਦੇਖ ਲਾਂਗੇ ਜੀ, ਫਿਰ ਆਪਾਂ ਜ਼ਰੂਰ ਕਰਾਂਗੇ ਜੀ। ਬਾਈ ਜੀ, ਵਾਹਿਗੁਰੂ ਨੇ ਜਿੱਦਾਂ ਇਹ ਬੂਟਾ ਲਾਇਆ ਸੀਗਾ ਔਰ ਤੁਸੀਂ ਅੱਗੇ ਵਧੇ, ਤੁਹਾਡਾ ਸਾਨੂੰ ਇੱਦਾਂ ਸਮਾਂ ਦੇਣ ਲਈ ਧੰਨਵਾਦ। ਥੈਂਕ ਯੂ ਜੀ, ਧੰਨਵਾਦ। ਬੇਟਾ, ਤੁਸੀਂ ਇੱਥੇ ਆਏ ਹੋ ਡੈਰੀ ਦੇ ਉੱਤੇ, ਕਿੱਦਾਂ ਦਾ ਐਕਸਪੀਰੀਅੰਸ ਤੁਹਾਡਾ, ਇਹਨਾਂ ਨਾਲ ਕੀ ਕਹਿਣਾ ਚਾਹੋਗੇ? ਨਹੀਂ, ਇੱਕ ਤਾਂ ਇਹਨਾਂ ਦਾ ਮਿਲਕ ਬਹੁਤ ਵਧੀਆ ਹੁੰਦਾ ਹੈ ਅਤੇ ਸਾਰੀ ਚੀਜ਼ ਹੀ ਬਹੁਤ ਵਧੀਆ ਹੁੰਦੀ ਹੈ, ਬਰਫੀ ਹੋ ਗਈ, ਦੁੱਧ ਹੋ ਗਿਆ, ਦਹੀਂ, ਮਿਲਕ, ਸਾਰਾ ਕੁਛ ਹੀ ਵਧੀਆ ਹੈ। ਕਿੰਨੀ ਦੇਰ ਦੇ ਆ ਰਹੇ ਬੇਟੇ ਤੁਹਾਨੂੰ ਕੋਲ? ਅਸੀਂ ਕਾਫੀ ਟਾਈਮ ਤੋਂ ਆ ਰਹੇ ਹਾਂ, ਇੱਥੋਂ ਹੀ ਲੈਂਦੇ ਹਾਂ ਅਸੀਂ, ਜੇ ਰਾਤ ਨੂੰ ਆਈਏ ਦਿਨ ਨੂੰ ਆਈਏ ਇੱਥੇ ਹੀ ਲੈਣਾ, ਕਿਉਂਕਿ ਇਹਨਾਂ ਦਾ ਦੁੱਧ ਬਹੁਤ ਵਧੀਆ।
हाँ जी बहुत वधिया लगदी है इत्थों कि इह वाला दुद्ध चंडीगढ़ तक जांदा है स्पैशल चंडीगढ़ साडे रिश्तेदार इत्थों लैके जांदे आ दुद्ध जदों भी आंदे आ काफ़ी होर डेयरियां तो भी लत्ता है दुद्ध पर इन्हों का ज़्यादा वधिया हुंदा असीं इत्थों स्पैशल इत्थों लैके जांदे आ जे जदों मर्जी लैके जाइए दसो तुसीं ऑफन विजिट करदे रहिंदे हो खैरा डेयरी ते किदां दा एक्सपीरियंस तुहाडा बहुत वधिया जी बड़ा दुद्ध वधिया हुंदा इन्हां दा हर एक चीज़ वधिया हुंदी दुद्ध दही मक्खण जो भी होवे बहुत फिट हुंदा जी ਤੁਸੀਂ ਡਾਕਟਰ ਬੰਦੇ ਹੋ ਡਾਕਟਰਾਂ ਨੂੰ ਤਾਂ ਮਤਲਬ ਜਿਹੜੇ ਹੈਗਾ ਇਹ ਚੀਜ਼ਾਂ ਆਪਣੇ ਪੇਸ਼ੈਂਟਾਂ ਨੂੰ ਤਾਂ ਕਹਿੰਦੇ ਨਾ ਵੀ ਖਾਓ ਪੀਓ ਵੀ ਐਸ਼ ਕਰੋ ਜੇ ਕੋਈ ਹਰੇਕ ਚੰਗੀ ਚੀਜ਼ ਨੂੰ ਤਾਂ ਹਰੇਕ ਖਾਂਦਾ ਪੀਂਦਾ ਜੀ ਹਾਂਜੀ ਕਿਉਂਕਿ ਇਹਨਾਂ ਇਹਨਾਂ ਚੀਜ਼ਾਂ ਦਾ ਲੋਕ ਭਰਮ ਪਾਈ ਜਾਂਦੇ ਆ ਕਿਉਂਕਿ ਜਿਹੜਾ ਦੁੱਧ ਆ ਉਹ ਲੋਕ ਪੀਣੋਂ ਹਟ ਗਿਆ ਜੇ ਅਗਰ ਉਹੀ ਚੀਜ਼ਾਂ ਖਾਈ ਜਾਣ ਕੈਲਸ਼ੀਅਮ ਦਾ ਇੱਕ ਭਰਪੂਰ ਸਰੋਤ ਦਾ ਜਿਹੜਾ ਦੁੱਧ ਪਨੀਰ ਮੱਖਣ ਆਪਾਂ ਹੁਣ ਜੇ ਉਹਨਾਂ ਚੀਜ਼ਾਂ ਨੂੰ ਛੱਡ ਗਏ ਆ ਪੀਜ਼ੇ ਬਰਗਰਾਂ 'ਤੇ ਉਹ ਇੱਦਾਂ ਜੀ ਲੋਕ ਕਈ ਕਹਿੰਦੇ ਮਿਲਾਵਟ ਵਾਲਾ ਪਰ ਇਹਨਾਂ ਦਾ ਸਭ ਕੁਛ ਸਹੀ ਹੈ ਸਭ ਦੁੱਧ ਮੱਖਣ ਜਿਹੜਾ ਪਿਓਰ ਹੈ ਜੀ ਆਪ ਤਿਆਰ ਕਰਦੇ ਹਾਂ ਹਾਂਜੀ ਉਹ ਲੋਕ ਫਿਰ ਜਿਹੜੀਆਂ ਦੂਸਰੀ ਚੀਜ਼ਾਂ ਮਤਲਬ ਚੱਲਦੀਆਂ ਫਿਰਦੀਆਂ ਉਹਨਾਂ ਤੋਂ ਪਰਹੇਜ਼ ਕਰਦੇ ਪਰ ਜਿਹੜੀ ਚੀਜ਼ ਵਧੀਆ ਉਹ ਤੋਂ ਨਹੀਂ ਕਰਦੇ ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਖੈਰਾ ਡੈਰੀ ਔਰ ਗੱਲ ਕਰ ਰਹੇ ਹਾਂ ਸੈਕਿੰਡ ਜਨਰੇਸ਼ਨ ਪਹਿਲਾਂ ਫਾਦਰ ਨੇ ਬੂਟਾ ਲਾਇਆ ਬਹੁਤ ਮਿਹਨਤਾਂ ਕੀਤੀਆਂ ਘਾਲਾਂ ਘਾਲੀਆਂ ਖੂਨ ਦੇ ਨਾਲ ਭਾਰੀ ਸਿੱਛੀ ਔਰ ਉਹਨਾਂ ਦੇ ਬੇਟੇ ਜਿਹੜੇ ਵੀਰ ਜੀ ਆਪਣੇ ਨਾਲ ਹੁਣ ਗੱਲਬਾਤ ਕਰ ਰਹੇ ਨੇ ਵੀਰ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ ਧੰਨਵਾਦ ਜੀ ਵੀਰੇ ਬਹੁਤ ਬਹੁਤ ਤੁਹਾਡਾ ਆਪਣੇ ਖੈਰਾ ਡੈਰੀ 'ਤੇ ਪਹੁੰਚਣ 'ਤੇ ਬਹੁਤ ਬਹੁਤ ਮੋਸਟ ਵੈਲਕਮ ਜੀ ਧੰਨਵਾਦ ਵੀਰੇ ਕੀ ਕਹਿਣਾ ਚਾਹੋਗੇ ਕਿ ਬਹੁਤ ਘਾਲਾਂ ਘਾਲੀਆਂ ਬੜੀ ਮਿਹਨਤ ਕੀਤੀ ਬਜ਼ੁਰਗਾਂ ਨੇ ਔਰ ਅੱਜ ਉਹਦਾ ਨਤੀਜਾ ਕਿ ਲੋਕ ਕੇਵਲ ਪੰਜਾਬ ਹਿੰਦੁਸਤਾਨ 'ਚ ਨਹੀਂ ਵਰਲਡ ਦੇ ਵਿੱਚ ਕਿਉਂਕਿ ਬਾਹਰ ਵੀ ਜਿਹੜੇ NRI ਵੀਰ ਬੈਠੇ ਆ ਜਦੋਂ ਖੈਰਾ ਡੈਰੀ ਦੀ ਗੱਲ ਚੱਲਦੀ ਆ ਤਾਂ ਉਹਨਾਂ ਨੂੰ ਖੁਸ਼ੀ ਹੁੰਦੀ ਆ ਉਹ ਕਹਿੰਦੇ ਯਾਰ ਉਹਨਾਂ ਨੂੰ ਕਹਿ ਦਿਉ ਖੈਰੇ ਵਾਲੇ ਨੂੰ ਆਪੇ ਸਾਰਾ ਕੁਝ ਕਰ ਦੇਣਗੇ ਵੀਰ ਜੀ ਦੇਖੋ ਮਿਹਨਤ ਤਾਂ ਕਰਨੀ ਜ਼ਰੂਰੀ ਆ ਜੀ ਮਿਹਨਤ ਤੋਂ ਬਿਨਾਂ ਕੁਛ ਬਣਦਾ ਨਹੀਂ ਹੈ ਨਾ ਮਿਹਨਤ ਤਾਂ ਹੁਣ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਬਈ ਹੈ ਨਾ ਕਿਰਤ ਕਰੋ ਕਿਰਤ ਵਿੱਚ ਸਭ ਕੁਛ ਆ ਜੀ ਜੇ ਤੁਸੀਂ ਸੱਚੇ ਮਨ ਕਿਰਤ ਕਰੋਗੇ ਤਾਂ ਪਰਮਾਤਮਾ ਦਿੰਦਾ ਜੀ ਵਾਹਿਗੁਰੂ ਦਿੰਦਾ ਹੈ ਜੇ ਤੁਸੀਂ ਥੋੜ੍ਹਾ ਮਨ ਸਾਫ਼ ਹੋਣਾ ਚਾਹੀਦਾ ਸਟਰਗਲ ਕਰਨੀ ਚਾਹੀਦੀ ਹੈ ਨਾ ਸਟਰਗਲ ਕਰੋ ਜਿੰਨੀ ਮਰਜ਼ੀ ਆਪਾਂ ਨੇ ਬਹੁਤ ਮਤਲਬ ਸ਼ੁਰੂ 'ਤੇ ਸਾਈਕਲ 'ਤੇ ਵੀ ਸ਼ੁਰੂ ਕਰਿਆ ਦੁੱਧ ਵੇਚਣਾ ਜੀ ਸਾਈਕਲ 'ਤੇ ਵੇਚਿਆ ਹੈ ਨਾ ਫਿਰ ਮੋਟਰਸਾਈਕਲ ਲਿਆ ਫਿਰ ਟੈਂਪੂ ਲਿਆ ਫਿਰ ਗੱਡੀ ਲਈ ਉਹਦੇ ਕੋਲ ਫਿਰ ਜਗ੍ਹਾ ਲਈ ਬਣਾਈ ਮਤਲਬ ਇਹ ਆਪਾਂ ਨੂੰ ਐਂ ਨਹੀਂ ਹੈ ਵੀ ਆਪਾਂ ਮਤਲਬ ਉਹ ਇੱਕ ਸਟੋਰੀ ਬਣਾਉਂਦੇ ਆਪਣੇ ਉਰੇ ਲਾਗ ਲਾਓ ਤੁਸੀਂ ਪਤਾ ਵੀ ਕਰਕੇ ਲਓ ਆਪਣੇ ਇਹ ਕਲੋਨੀ 'ਚ ਨਾ ਅਸੀਂ ਮਤਲਬ ਦੁੱਧ ਪਾਉਂਦੇ ਰਹੇ ਹਾਂ ਜੀ ਮੀਂਹ ਪੈਂਦਿਆਂ 'ਚ ਨਾ ਆਪਾਂ ਉਰੇ ਮਤਲਬ 20 ਸਾਲ ਦੁੱਧ ਪਾਇਆ ਇੱਧਰ 22-23 ਸਾਲ ਉਹਨਾਂ ਤੁਸੀਂ ਕਿਤੋਂ ਵੀ ਪਤਾ ਕਰ ਸਕਦੇ ਸਾਡਾ ਵੀ ਇਹ ਬੰਦੇ ਪਤਾ ਉਹਨਾਂ ਨੂੰ ਵੀ ਇਹਨਾਂ ਦੀ ਸਟਰਗਲ ਕਿਵੇਂ ਕਰੀਏ ਮਤਲਬ ਹਰ ਇੱਕ ਸ਼ਹਿਰੀ ਨੂੰ ਕਿਸੇ ਵੀ ਨੂੰ ਪੁੱਛ ਸਕਦੇ ਤੁਸੀਂ ਇੱਥੋਂ ਵੀਰ ਜੀ ਕਿਉਂਕਿ ਪਿਓਰਟੀ ਰੱਖੀ ਔਰ ਵਾਹਿਗੁਰੂ ਦਾ ਆਊਟ ਆਸਰਾ ਲਿੱਤਾ ਰਿਹਾ ਇਹੀ ਕਾਰਨ ਆ ਕਿ ਅੱਜ ਇਹ ਬ੍ਰਾਂਡ ਬਣ ਗਏ ਕਿਉਂਕਿ ਦੁੱਧ ਹੀ ਬਹੁਤ ਲੋਕ ਦੁੱਧ ਪਾਉਂਦੇ ਨੇ ਉਹ ਤੁਸੀਂ 20 ਸਾਲਾਂ ਬਾਅਦ ਦੇਖ ਲਓ ਵੀ ਦੁੱਧ ਪਾਈ ਜਾਂਦੇ ਆ ਪਰ ਜਿਹੜੀ ਪਿਓਰਟੀ ਆ ਜਿਹੜੀ ਜਿਹਦੇ 'ਚ ਬੰਦੇ ਨੇ ਮਿਹਨਤ ਕਰਨੀ ਅਤੇ ਪਿਓਰਟੀ ਦੇਣੀ ਉਹ ਕਰਿਆ ਕਰਕੇ ਅੱਜ ਇਸ ਮੁਕਾਮ 'ਤੇ ਪਹੁੰਚੇ ਦੇਖੋ ਵੀਰ ਜੀ ਗੱਲ ਇਸ ਤਰ੍ਹਾਂ ਹੁੰਦੀ ਆ ਪਹਿਲੀ ਗੱਲ ਤਾਂ ਜਿਹੜਾ ਬੰਦਾ ਕਿਰਤ ਕਰਦਾ ਨਾ ਜਿਹੜਾ ਬੰਦਾ ਮਿਹਨਤ ਕਰਦਾ ਹੈ ਉਹੀ ਗੱਲ ਗੁਰੂ ਨਾਨਕ ਸਾਹਿਬ ਦਾ ਫਲਸਫਾ ਆ ਜਾਂਦਾ ਬਈ ਜਿਹੜਾ ਕਿਰਤ ਕਰਦਾ ਉਹ ਆਪੇ ਉਹਦਾ ਦਿਮਾਗ ਨਾ ਮਤਲਬ ਲਾਲਚ ਤੋਂ ਰਹਿਤ ਹੋ ਜਾਂਦਾ ਹੈ ਪਤਾ ਹੁੰਦਾ ਜਿਹੜੇ ਮਿਹਨਤ ਕਰੀ ਜਿਹੜਾ ਘੱਸ ਕੇ ਜਾਂਦਾ ਹੈ ਜਿਹਨੇ ਹੁਣ 2 ਨੰਬਰ 'ਚ ਆਪਣਾ 2 ਨੰਬਰ 'ਚ ਘੁਮਾ ਕੇ ਬਣਾ ਲੈਣਾ ਸਾਲ 2 ਸਾਲ ਮੈਂ 3 ਸਾਲ ਮਾਂ ਉਹਨੂੰ ਨਹੀਂ ਪਤਾ ਹੁੰਦਾ ਮਿਹਨਤ ਦਾ ਜਿਹਨੂੰ ਮਿਹਨਤ ਦਾ ਪਤਾ ਹੈ ਉਹ ਬੇਈਮਾਨੀ ਬਾਰੇ ਸੋਚੂਗਾ ਹੀ ਨਹੀਂ ਕਿਉਂਕਿ ਉਹਨੂੰ ਪਤਾ ਹੁੰਦਾ ਨਾ ਵੀ ਮੈਂ ਮਤਲਬ ਮਿਹਨਤ ਕਰਕੇ ਪੈਸਾ ਕਿੰਨਾ ਕਿਵੇਂ ਜੁੜਦਾ ਹੈ ਜਿਹੜਾ ਸਾਥੋਂ ਲੈਣ ਆਉਂਦਾ ਕੋਈ ਚੀਜ਼ ਦੇਖੋ ਉਹ ਵੀ ਮਿਹਨਤ ਕਰਕੇ ਆਉਂਦਾ ਇਹ ਦੁੱਧ ਆ ਬੱਚਿਆਂ ਨੇ ਪੀਣਾ ਹੈ ਬਜ਼ੁਰਗਾਂ ਨੇ ਪੀਣਾ ਹੈ ਨਾ ਹਰ ਇੱਕ ਬਿਮਾਰ ਨੇ ਪੀਣਾ ਕਿਸੇ ਨੇ ਤੰਦਰੁਸਤ ਨੇ ਪੀਣਾ ਜਿਹੜਾ ਬੰਦਾ ਮੈਨੂੰ ਲੱਗਦਾ ਵੀ ਇਹ ਚੀਜ਼ ਇਹਨਾਂ ਚੀਜ਼ਾਂ ਗਲਤ ਕੰਮ ਕਰਦਾ ਉਹ ਕਾਮਯਾਬ ਕਦੇ ਹੁੰਦਾ ਹੀ ਨਹੀਂ ਹੈਗਾ ਵੀਰ ਜੀ ਜਿੱਦਾਂ ਜੇ ਆਪਾਂ ਗੱਲ ਕਰ ਲਈਏ ਕਿਸੇ ਦੇ ਮੈਰਿਜ ਆ ਉਹ ਕਹਿੰਦੇ ਵੀ ਖੈਰੇ ਵਾਲੇ ਕੋਲ ਜਾ ਵੜੋ ਔਰ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਆ ਅਗਲਾ ਕਹਿੰਦਾ ਜੇਬ 'ਚ ਹੱਥ ਪਾ ਕੇ ਖੜ ਜਾਂਗੇ ਆਪੇ ਆਪੇ ਸਾਰਾ ਕੁਝ ਕਰ ਦੇਣਗੇ ਕਿਵੇਂ ਲੋਕਾਂ ਨੇ ਇੰਨਾ ਪਿਆਰ ਬਣਾਇਆ ਵੀ ਇੱਕ ਤੋਂ ਇੱਕ ਗਾਂਹ ਗਾਂਹ 'ਚ ਇੰਨਾ ਬਣੀ ਜਾਂਦੀਆਂ ਨਹੀਂ ਵੀਰੇ ਵਿਸ਼ਵਾਸ ਦੀ ਗੱਲ ਹੁੰਦੀ ਆ ਜੀ ਦੇਖੋ ਵਿਸ਼ਵਾਸ ਸਭ ਤੋਂ ਬੜੀ ਚੀਜ਼ ਆ ਹੈ ਨਾ ਹੁਣ ਗੱਲ ਜੇ ਤੁਹਾਨੂੰ ਵਿਸ਼ਵਾਸ ਆ ਕਿਸੇ ਬੰਦੇ ਨੂੰ ਬਈ ਉਹਨਾਂ ਨੂੰ ਕਹਿ ਦੇਣਾ ਵੀ ਚੀਜ਼ ਜਿਹੜੀ ਚੀਜ਼ ਸਾਡੇ ਉਰੇ ਵੇਚਦੇ ਆ ਸਾਡੀ ਉਹੀ ਚੀਜ਼ ਉੱਥੇ ਜਾਊਗੀ ਹੈ ਨਾ ਮਤਲਬ ਅਗਲੇ ਨੂੰ ਕਹਿ ਦਈਏ ਬਈ ਰੇਟ ਜੋ ਮਰਜ਼ੀ ਆ ਰੇਟ ਜਿਹੜਾ ਥੋੜ੍ਹਾ ਜਿਹਾ ਤੈਅ ਹੋਊਗਾ ਚੀਜ਼ ਕੁਆਲਿਟੀ ਹੋਈ ਹੋਊਗੀ ਲੋਕਾਂ ਦਾ ਕਿਆ ਕੰਮ ਹੁੰਦਾ ਹੈ ਕਈ ਚਲੋ ਮੈਂ ਸਾਰਿਆਂ ਨੇ ਕਹਿੰਦਾ ਵਿੱਚ ਕੁਛ ਹੈਗੇ ਇੱਦਾਂ ਅੱਛੇ ਵੀ ਆ ਸਾਰੇ ਬਹੁਤ ਬੰਦੇ ਅੱਛੇ ਆ ਕੰਮ ਕਰ ਰਹੇ ਆ ਬਹੁਤ ਇਸ ਲਾਈਨ 'ਚ ਬੜਾ ਅੱਛਾ ਕੰਮ ਕਰ ਰਹੇ ਲੋਕ ਪਰ ਕੁਛ ਬੰਦੇ ਉਹਨੇ ਜਿਹੜੇ ਇੱਦਾਂ ਵੀ ਮਤਲਬ ਉਰੇ ਕੋਈ ਚੀਜ਼ ਵੇਚਦੇ ਅਗਲੇ ਨੂੰ ਕਿਸੇ ਨੂੰ ਆਰਡਰ ਦੇਣਾ ਤਾਂ ਉਹ ਹੋਰ ਤਰ੍ਹਾਂ ਦੇ ਦੇਣਾ ਦੋ ਮਤਲਬ ਘੱਟ ਫੈਂਟ ਦੇ ਭੇਜਤੀ ਇਹ ਨਹੀਂ ਹੋਣਾ ਚਾਹੀਦਾ ਜੋ ਤੁਹਾਡੀ ਕੁਆਲਿਟੀ ਆ ਤੁਹਾਡਾ ਇੱਕ ਬ੍ਰਾਂਡ ਆ ਤੁਹਾਨੂੰ ਤਾਂ ਸਟੈਂਡ ਰੱਖੋ ਫਿਰ ਤੁਹਾਡਾ ਬ੍ਰਾਂਡ ਬਣਿਆ ਰਹਿ ਸਕਦਾ ਹੈ ਅਦਰਵਾਈਜ਼ ਨਹੀਂ ਰਹਿ ਸਕਦਾ ਜੀ ਵੀਰ ਜੀ ਪਰਮਾਤਮਾ ਤੁਹਾਡੀ ਇਹ ਜਿਹੜੀ ਬਜ਼ੁਰਗਾਂ ਨੇ ਲਾਇਆ ਬੂਟਾ ਇਹਨੂੰ ਹੋਰ ਵਧਾਵੇ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਔਰ ਤੁਹਾਡੇ ਪਰਿਵਾਰ ਨੂੰ ਇਕੱਠੇ ਦੇਖ ਕੇ ਕਿਉਂਕਿ ਤੁਹਾਡੇ ਭਾਈ ਸਾਹਿਬ ਨਾਲ ਵੀ ਅਸੀਂ ਗੱਲ ਕੀਤੀ ਭਤੀਜਿਆਂ ਨਾਲ ਵੀ ਗੱਲ ਕੀਤੀ ਬੇਟੇ ਨਾਲ ਵੀ ਗੱਲ ਕੀਤੀ
ਬਹੁਤ ਬਹੁਤ ਵਧਾਈ ਦੇ ਪਾਤਰ ਔਰ ਵਾਹਿਗੁਰੂ ਕਰੇ ਤੁਸੀਂ ਐਵੇਂ ਉਚਾਈਆਂ ਛੂਹੋ। ਔਰ ਹੋਰ ਐਡ ਕਰਦਾ ਇਹ 'ਚ, ਦੇਖੋ ਇਸ ਦੇ ਵਿੱਚ ਇੱਕ ਪਰਿਵਾਰ ਦਾ ਬੜਾ ਮਤਲਬ ਬਹੁਤ ਯੋਗਦਾਨ ਹੁੰਦਾ। ਸਾਡੀ ਫੈਮਿਲੀ ਇਕੱਠੀ ਆ, ਹੈ ਨਾ, ਅਸੀਂ ਤਿੰਨ ਭਰਾ ਇਕੱਠੀ ਰਹਿੰਦੇ ਹਾਂ, ਮਤਲਬ ਸਾਰੀ ਫੈਮਿਲੀ ਇਕੱਠੀ, ਸਾਰਿਆਂ ਦਾ ਬੜਾ ਯੋਗਦਾਨ ਆ, ਲੈ ਕੇ ਲੇਡੀਜ਼ ਦਾ ਵੀ ਇੱਕ ਬਹੁਤ ਬੜਾ ਯੋਗਦਾਨ ਹੁੰਦਾ। ਇਹ ਤਾਂ ਜਾ ਕੇ ਬੰਦਾ ਇਸ ਸਟੈਪ ਇਸ ਲੈਵਲ 'ਤੇ ਪਹੁੰਚ ਸਕਦਾ। ਜੇ ਆਪ ਜੇ ਕਿਹਾ ਵੀ ਇਕੱਲਾ ਕੋਈ ਨਹੀਂ ਕਰ ਸਕਦਾ ਕੁਛ ਵੀ, ਪਰ ਇੱਕ ਫੈਮਿਲੀ ਪੂਰੀ, ਆਪਣਾ ਛੋਟਾ ਭਰਾ ਹੈ ਨਾ, ਬੜਾ ਨਾਲ ਸਾਰੇ ਆ, ਸਾਰਿਆਂ ਨੇ ਮਿਹਨਤ ਕਰੀ, ਨਾਲ ਹੋ ਕੇ ਸਾਰਿਆਂ ਸਟਰਗਲ ਕਰੀ, ਤਾਂ ਅੱਜ ਬਹੁਤ ਵਧੀਆ। ਮਤਲਬ ਪਰਮਾਤਮਾ ਦਿੰਦਾ ਵੀ ਬਹੁਤ ਵਧੀਆ, ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਇਮਾਨਦਾਰੀ ਨਾਲ ਰੋਟੀ ਅਤੇ ਪੈਸਾ ਨਹੀਂ ਕਮਾ ਸਕਦੇ, ਉਹ ਪੈਸਾ ਵੀ ਕਮਾਇਆ ਜਾਂਦਾ ਇਮਾਨਦਾਰੀ ਨਾਲ, ਪਰ ਥੋੜ੍ਹੀ ਥੋੜ੍ਹੀ ਸੋਚ ਬਦਲਣੀ ਪੈਂਦੀ। ਬਸ ਤੁਸੀਂ ਸੋਚ ਬਦਲੋ, ਮਿਹਨਤ ਕਰੋ, ਕੰਮ ਕਰੋ ਪਰਮਾਤਮਾ ਨੂੰ, ਅਤੇ ਡਰ ਕੇ ਕੰਮ ਕਰੋ ਬਸ। ਐਂ ਨਾ ਸੋਚੋ ਵੀ ਤੂੰ ਮਤਲਬ ਅਸੀਂ ਚੀਜ਼ ਲੋਕ ਚੀਜ਼ ਦੇ ਦਿੱਤੀ ਕਿਸੇ ਨੂੰ, ਇਹ ਸੋਚੋ ਵੀ ਪਰਮਾਤਮਾ ਦੀ ਨਿਗਾਹ ਵਾ, ਅਸੀਂ ਉਹਦੀ ਨਜ਼ਰ 'ਚ ਕੰਮ ਕਰ ਰਹੇ ਸੀ ਬਸ, ਫਿਰ ਤੁਸੀਂ ਮਾੜੀ ਚੀਜ਼ ਦੇ ਹੀ ਨਹੀਂ ਸਕਦੇ। ਬਾਕੀ ਪਰਿਵਾਰ ਦਾ ਇੱਕ ਬੜਾ ਯੋਗਦਾਨ ਹੁੰਦਾ ਹੈ, ਜੇ ਫੈਮਿਲੀ ਇਕੱਠੀ ਆਪਣੀ, ਹੈ ਨਾ, ਆਪਣੀ ਹੁਣ ਤੱਕ ਫੈਮਿਲੀ ਸਾਰੇ ਅਸੀਂ ਇਕੱਠੇ ਰਹਿ ਰਹੇ, ਆਪਣੇ ਵਧੀਆ, ਬੜਾ ਵਧੀਆ ਜੀ, ਆਪਣਾ ਪਰਮਾਤਮਾ ਰੋਟੀ ਬਹੁਤ ਵਧੀਆ ਦੇ ਰਿਹਾ, ਰੋਟੀ ਉਹ ਖਾਣੀ ਜੀ, ਹੋਰ ਕੀ ਕਹਿਣਾ ਹੈ। ਧੰਨਵਾਦ। ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਖਹਿਰਾ ਡੈਰੀ, ਇੱਕ ਐਸਾ ਨਾਮ ਜਿਨ੍ਹਾਂ ਨੇ ਬੜੀਆਂ ਘਾਲਣਾ ਘਾਲੀਆਂ ਨੇ, ਔਰ ਦੁੱਧ ਦੇ ਕੇਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਇੱਕ ਬ੍ਰਾਂਡ ਨੇ, ਗੱਲ ਕਰ ਰਹੇ ਹਾਂ ਵੀਰ ਜੀ ਹੋਰਾਂ ਦੇ ਨਾਲ ਜਿਹੜੇ ਕਿ ਇੱਥੇ ਪਰਚੇਜ ਕਰਦੇ ਰਹਿੰਦੇ। ਵੀਰ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਕੀ ਕਹਿਣਾ ਚਾਹੋਗੇ, ਕਿੰਨੀ ਕੁ ਦੇਰ ਦੇ ਤੁਸੀਂ ਇਹਨਾਂ ਦੇ ਨਾਲ ਇਸ ਮਿਲਕ ਪ੍ਰੋਡਕਟ ਦੇ ਨਾਲ ਜੁੜੇ ਹੋ? ਕਾਫੀ ਟਾਈਮ ਹੋ ਗਿਆ ਜੀ। ਔਰ ਕਿੱਦਾਂ ਦੀ ਤੁਹਾਨੂੰ ਲੱਗਦਾ? ਵਧੀਆ ਲੱਗਦਾ ਜੀ, ਤਾਂ ਹੀ ਵਾਰ ਵਾਰ ਆਈਦਾ। ਬਿਲਕੁਲ ਪਿਓਰਟੀ? ਹਾਂਜੀ, ਕਿਉਂਕਿ ਅੱਜ ਮਾਰਕੀਟ 'ਚ ਇੰਨਾ ਜ਼ਿਆਦਾ ਕੰਪੀਟੀਸ਼ਨ ਹੋ ਗਿਆ, ਲੇਕਿਨ ਉਹਦੇ ਬਾਵਜੂਦ ਵੀ ਪਿਓਰਟੀ ਤਾਂ ਖੈਰ ਵਾਲਿਆਂ ਨੇ ਉਹੀ ਰੱਖੀ। ਹਾਂਜੀ ਹਾਂਜੀ, ਪਰ ਇਹੀ ਕਾਰਨ ਅੱਜ? ਹਾਂਜੀ ਹਾਂਜੀ, ਇੱਕ ਨੰਬਰ। ਵੀਰ ਜੀ ਕੀ ਕਿੱਦਾਂ ਦਾ ਐਕਸਪੀਰੀਅੰਸ ਤੁਹਾਡੇ ਖੈਰ ਨਾਲ? ਐਕਸਪੀਰੀਅੰਸ ਤਾਂ ਕਾਫੀ ਅੱਛਾ ਰਿਹਾ ਹੈ। ਮੈਂ ਤਾਂ ਕੋਈ 2-3 ਸਾਲ ਸੇ ਮੈਂ ਆ ਰਹਾ ਹੂੰ ਯਹਾਂ ਪੇ, ਦਹੀਂ ਦੂਧ ਹੋ ਗਿਆ, ਮੈਂ ਯਹੀਂ ਸੇ ਲੇਤਾ ਹੂੰ, ਐਕਸਪੀਰੀਅੰਸ ਅੱਛਾ ਹੈ। ਔਰ ਲੋਕੋ ਕੀ ਜੈਸੇ ਪ੍ਰਜ਼ੋਰ ਮੰਗ ਥੀ ਕਿ ਹਮ ਦੂਧ ਦੁਹੀ ਕੇ ਸਾਥ ਘਰ ਕਾ ਸਮਾਨ ਵੀ ਧੀਰੇ ਧੀਰੇ ਮਿਲਣ ਲੱਗ ਜਾਏ, ਉਹ ਵੀ ਅਬ ਮਿਲਣ ਲੱਗ ਗਿਆ? ਹਾਂ ਹਾਂ, ਸਭ ਕੁਛ ਮਿਲ ਰਿਹਾ ਯਹਾਂ ਪੇ, ਜੂਸ ਦੇਖ ਲਓ, ਕੋਲਡ ਡਰਿੰਕ ਦੇਖ ਲਓ, ਆਪ ਦਾਲੇ ਦੇਖ ਲਓ, ਮਤਲਬ ਸਭ ਅਵੇਲੇਬਲ ਹੈ ਯਹਾਂ ਪੇ। ਔਰ ਜੈਸੇ ਹਮ ਬਾਤ ਕਰਦੇ ਹਾਂ ਦੂਧ ਕੀ, ਪਨੀਰ ਕੀ, ਮੱਖਣ ਕੀ, ਘੀ ਕੀ, ਤੋ ਹਰ ਚੀਜ਼ ਮਤਲਬ ਉਸਕੇ ਸਾਥ ਹੀ ਅਟੈਚ ਹੁੰਦੀ ਹੈ ਦੂਧ ਕੇ ਸਾਥ, ਔਰ ਬੜੀਆ ਰਹਤੀ। ਬਿਲਕੁਲ ਜੀ, ਬਿਲਕੁਲ ਬਿਲਕੁਲ, ਹਰ ਚੀਜ਼ ਇੱਕ ਅੰਡਰ ਇੱਕ ਇੱਕ ਰੂਫ ਮਿਲ ਜਾਂਦੀ ਹੈ, ਔਰ ਕਿਆ ਚਾਹੀਏ ਫਿਰ। ਬਾਈ ਜੀ ਕਿੱਦਾਂ ਦਾ ਐਕਸਪੀਰੀਅੰਸ ਆ ਤੁਹਾਡਾ ਖਹਿਰਾ ਡੈਰੀ? ਸਰ ਸਾਡਾ ਬਹੁਤ ਵਧੀਆ ਐਕਸਪੀਰੀਅੰਸ ਹੈ, ਪਿਛਲੇ 4 ਸਾਲ 'ਤੇ ਆ ਰਿਹਾ ਮੈਂ ਲਗਾਤਾਰ ਉਰੇ, ਕੁਆਲਿਟੀ ਕੁਆਂਟਿਟੀ ਸਭ ਓਕੇ ਹੈ, ਮਤਲਬ ਦੁੱਧ ਲੈ ਕੇ ਜਾਈਦਾ ਤਾਂ ਜਿੰਨਾ ਦੁੱਧ ਦਾ ਰੇਟ ਨਹੀਂ ਹੁੰਦਾ ਉਹਨਾਂ ਦਾ ਸਾਡਾ ਘਿਓ ਨਿਕਲ ਜਾਂਦਾ ਇਹਦੇ 'ਚੋਂ। ਕੀ ਕਹਿਣਾ ਚਾਹੋਗੇ ਕਿ ਹਮੇਸ਼ਾ ਪਿਓਰਟੀ ਇਸ ਸ਼ੋਪ ਨੇ ਅਡੋਪਟ ਕੀਤੀ ਆ, ਔਰ ਪਿਓਰਟੀ ਦੇ ਕਾਰਨ ਹੀ ਇਹ ਆ ਕਿ ਕਦੇ ਆਉਣ ਨਹੀਂ ਗਿਆ ਵੀ ਦੁੱਧ ਦੇ 'ਚ ਫੈਟ ਕੱਢ ਲਈ, ਉਹ ਕਰ ਲਿਆ ਉਹ ਕਰ ਲਿਆ, ਕਿਉਂਕਿ ਇਹਨਾਂ ਨੇ ਇੱਕ ਜ਼ਿੰਦਗੀ 'ਚ ਜਿਵੇਂ ਸਟਾਰਟ ਕੀਤਾ ਉਹੀ ਗਾਂਹ ਚਲੇ ਜਾਂਦੇ ਆ। ਬਿਲਕੁਲ ਸਰ, ਦੇਖੋ ਡੈਰੀਆਂ ਤਾਂ ਉਰੇ ਹੋਰ ਵੀ ਬਹੁਤ ਹੈ, ਪਰ ਖੈਰਾ ਡੈਰੀ ਇਸੇ ਕਰਕੇ ਮਸ਼ਹੂਰ ਹੈ ਕਿਉਂਕਿ ਇਹਨਾਂ ਦੀ ਜੋ ਕੁਆਲਿਟੀ ਔਰ ਕੁਆਂਟਿਟੀ ਬਿਲਕੁਲ ਐਕੋਰੇਟ ਰਹੀ ਅੱਜ ਤੱਕ, ਪਿਛਲੇ 5 ਸਾਲ ਤੋਂ ਆਪਾਂ ਦੇਖ ਰਹੇ ਹਾਂ। ਇਹਨਾਂ ਕੋਲ ਪਸ਼ੂ ਹੈਗੇ ਆ, ਮੱਝਾਂ ਆਪਦਾ ਵੀ ਦੁੱਧ ਮਤਲਬ ਹੁੰਦਾ ਘਰ ਦਾ, ਇਹ ਵੀ ਫਰਕ ਆ ਵੀ ਉਹਦੇ ਨਾਲ ਅਟੈਚ? ਬਿਲਕੁਲ, ਇਹੀ ਮੇਨ ਫਰਕ ਹੈ ਕਿ ਇਹ ਆਪਣਾ ਦੁੱਧ ਇਹਨਾਂ ਦਾ ਖੁਦ ਦਾ ਹੈ, ਘਿਓ ਲਾ ਲਓ, ਬਰਫੀ ਕੱਢਦੇ ਆ, ਜਾਂ ਮਿਲਕ ਕੇਕ, ਮਿਲਕ ਕੇਕ ਇਹਨਾਂ ਦਾ ਇੰਨਾ ਫੇਮਸ ਹੈ, ਬਰਫੀ ਇੰਨੀ ਫੇਮਸ ਹੈ, ਪੁੱਛੋ ਮਤ। ਈਵਨ ਕਿ ਮੈਂ ਚੰਡੀਗੜ੍ਹ ਤੱਕ ਇਹਨਾਂ ਦਾ ਦੁੱਧ ਜਾਂ ਕਈ ਵਾਰ ਮਿਲਕ ਕੇਕ ਸਪਲਾਈ ਕਰਦਾ, ਕਈ ਵਾਰ ਮੈਂ ਡੇਲੀ ਚੰਡੀ। ਠੀਕ ਹੈ।